ਹਾਲ ਹੀ ਵਿੱਚ ਹੋਈਆਂ ਪੰਜਾਬ ਦੀਆਂ ਜ਼ਿਮਨੀ ਚੋਣਾਂ ਵਿੱਚ ਹਲਕਾ ਦਾਖਾ ਤੋਂ ਵਿਧਾਇਕ ਚੁਣੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਅੱਜ ਵਿਧਾਇਕ ਵਜੋਂ ਹਲਫ ਲਿਆ। ਉਹਨਾਂ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਹਲਫ ਦਿਵਾਇਆ। ਇਸ ਮੌਕੇ ਤੇ ਉਹਨਾਂ ਦੇ ਸਮਰਥਕ ਅਤੇ ਹੋਰ ਅਕਾਲੀ ਵਿਧਾਇਕ ਵੀ ਮੌਜੂਦ ਸਨ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਇਆਲੀ ਨੇ ਜਿੱਥੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ, ਉੱਥੇ ਹੀ ਉਹਨਾਂ ਕਿਹਾ ਕਿ ਉਹਨਾਂ ਦੀ ਜਿੱਤ ਨੇ 2022 ਦਾ ਮੁੱਢ ਬੰਨਿਆ ਹੈ ਤੇ 2022 ਵਿੱਚ ਸੂਬੇ ਵਿੱਚ ਮੁੜ ਤੋਂ ਅਕਾਲੀ ਸਰਕਾਰ ਬਣੇਗੀ। ਸਭ ਤੋਂ ਪਹਿਲਾਂ ਤਾਂ ਮੈਂ ਉਸ ਵਾਹਿਗੁਰੂ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਦੀ ਅਪਾਰ ਕਿਰਪਾ ਦੇ ਨਾਲ ਇਹ ਸਾਨੂੰ ਇਹਦੀ ਕਾਮਯਾਬੀ ਮਿਲੀ ਆ, ਕਿਉਂਕਿ ਸਰਕਾਰ ਦੇ ਵਿਰੁੱਧ ਚੋਣ ਲੜ ਰਹੇ ਸੀ ਅਸੀਂ। ਸਰਕਾਰ ਨੇ ਹਰ ਤਰ੍ਹਾਂ ਦਾ ਹੱਥਕੰਡਾ ਅਪਣਾਇਆ, ਉੱਥੇ ਝੂਠੇ ਪਰਚੇ ਵੀ ਦਰਜ ਕੀਤੇ ਗਏ ਸਾਰੇ ਜ਼ਿਲ੍ਹਿਆਂ ਦੇ ਵਿੱਚ, ਸਾਰੇ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਸਾਡੇ ਵਰਕਰ ਵੀ ਚੱਕੇ ਗਏ। ਇਸ ਇਲੈਕਸ਼ਨ 'ਚ 70 ਬੰਦੇ ਸਾਡੇ ਪੁਲਿਸ ਨੇ ਚੱਕੇ ਆ ਜਿਹੜੇ ਟੋਟਲ ਵਰਕਰ ਜਿਹੜੇ, ਸੋ ਕੋਈ ਵੀ ਢਿੱਲ ਛੱਡੀ ਨਹੀਂ ਗਈ। ਹਰ ਹੀਲਾ, ਚਾਹੇ ਉੱਥੇ ਪੈਸਾ ਵੰਡਣ ਦੀ ਗੱਲ ਕਰ ਲਈਏ, ਚਾਹੇ ਨਸ਼ੇ ਵੰਡਣ ਦੀ ਗੱਲ ਕਰ ਲਈਏ, ਚਾਹੇ ਅਸੀਂ ਨਰੇਗਾ ਦੇ ਜਿਹੜੇ ਵੀ ਜੋਬ ਕਾਰਡ ਤੁਹਾਡੇ ਕੈਂਸਲ ਕਰ ਦਾਂਗੇ, ਨੀਲੇ ਕਾਰਡ ਕੱਟ ਦਿਆਂਗੇ, ਸੋ ਪੂਰਾ ਦਬਾਅ ਲੋਕਾਂ 'ਤੇ ਬਣਾ ਕੇ ਰੱਖਿਆ ਗਿਆ। ਪਰ ਫਿਰ ਵੀ ਮੈਂ ਦੱਸ ਦਿੰਦਾ ਹਲਕੇ ਦਾਖੇ ਦੇ ਲੋਕਾਂ ਦੀ, ਖਾਸ ਤੌਰ 'ਤੇ ਵੋਟਰਾਂ ਦੀ, ਕਿਉਂਕਿ ਇਹ ਜਿੱਤ ਆ ਜਿਹੜੀ ਹਲਕੇ ਦਾਖੇ ਦੇ ਲੋਕਾਂ ਦੀ ਹੋਈ ਆ ਬਹੁਤ ਵੱਡੀ ਲੀਡ ਦੇ ਨਾਲ, ਕਿਉਂਕਿ ਬਾਈ ਇਲੈਕਸ਼ਨ ਦੇ ਵਿੱਚ ਜ਼ਿਆਦਾਤਰ ਸਰਕਾਰ ਜਿੱਤਦੀ ਆ। ਇਹ ਸਾਡੇ ਵੀ ਕਈ ਗੱਲ ਹੀ ਕਹੀ ਜਾਂਦੀ ਸੀ ਵੀ ਜਿਤਨਾ ਤਾਂ ਸਰਕਾਰ ਨਹੀਂ ਆ, ਲੇਕਿਨ ਲੋਕਾਂ ਨੇ ਜੋ ਪਿਛਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਤਾਂ ਪ੍ਰਕਾਸ਼ ਸਿੰਘ ਬਾਦਲ ਜੀ ਦੀ ਅਗਵਾਈ ਦੇ ਵਿੱਚ, ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਦੇ ਵਿੱਚ ਜੋ ਵਿਕਾਸ ਦੇ ਕੰਮ ਹਲਕੇ ਦਾਖੇ ਦੇ ਵਿੱਚ ਹੋਏ ਨੇ ਉਹ ਇੱਕ ਮਿਸਾਲ ਸੀਗੇ ਕੰਮ। ਉਹਨਾਂ ਕੰਮਾਂ ਨੂੰ ਵੋਟ ਪਈ ਆ, ਉਹ ਡਿਵੈਲਪਮੈਂਟ ਨੂੰ ਵੋਟ ਪਈ ਆ। ਸੋ ਜੋ ਪਿਛਲੇ ਸਮੇਂ ਪੂਰੀ ਤਨਦੇਹੀ ਨਾਲ ਸੇਵਾ ਕੀਤੀ ਉਸ ਇਲਾਕੇ ਦੀ, ਲੋਕਾਂ ਨੇ ਉਸ ਚੀਜ਼ ਦਾ ਜਿਹੜਾ ਮੁੱਲ ਪਾਇਆ ਵਾ, ਸੋ ਇਸ ਲਈ ਸਾਰੀਆਂ ਧੱਕੇਸ਼ਾਹੀਆਂ ਦੇ ਬਾਵਜੂਦ ਅਤੇ ਲੋਕਾਂ ਨੇ ਇੱਕ ਤਰਫਾ ਤਕਰੀਬਨ 95% ਜਿਹੜੇ ਕਿ 98% ਪਿੰਡਾਂ ਦੇ ਵਿੱਚੋਂ ਹੀ ਜਿਹੜੀ ਸਾਡੀ ਇਹ ਜਿੱਤ ਹੋਈ ਆ। ਸੋ ਇਹਦੇ ਲਈ ਸਾਡੇ ਜਿੰਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਾਹਿਬਾਨ ਨੇ ਖਾਸ ਤੌਰ 'ਤੇ, ਕਿਉਂਕਿ ਉਹਨਾਂ ਨੇ ਆਹ 1.5-2 ਮਹੀਨੇ ਬੜਾ ਸੰਤਾਪ ਹੰਡਾਇਆ, ਕਿੰਨਿਆਂ ਨੂੰ ਚੱਕਿਆ ਗਿਆ, ਕਿੰਨਿਆਂ ਦੇ ਪਰਚੇ ਦਰਜ ਕੀਤੇ ਗਏ, ਇੱਥੋਂ ਤੱਕ ਕਿ ਸਾਡੀਆਂ ਜਿਹੜੀਆਂ ਸਾਬਕਾ ਸਰਪੰਚ ਸੀ ਬੀਬੀਆਂ ਉਹਨਾਂ ਦੇ ਪਰਚੇ ਦਰਜ ਕੀਤੇ ਗਏ, NRI ਜਿਹੜੇ ਬਾਹਰੋਂ ਆਏ ਸੀ ਉਹਨਾਂ ਦੇ ਪਰਚੇ ਦਰਜ ਕੀਤੇ ਗਏ। ਪਰਚੇ ਵੀ ਇੱਦਾਂ ਦੇ ਵੀ ਸੁਣ ਕੇ ਹੈਰਾਨ ਰਹਿ ਜਾਓਗੇ ਤੁਸੀਂ, ਅਤੇ ਲੇਕਿਨ ਫਿਰ ਵੀ ਕੋਈ ਵੀ ਬੰਦਾ ਪਿੱਛੇ ਹਟਿਆ ਨਹੀਂ, ਨਾ ਕੋਈ ਵਰਕਰ ਪਿੱਛੇ ਹਟਿਆ, ਨਾ ਡਰਿਆ। ਇਹ ਜਿਹੜੀ ਜਿੱਤ ਹੋਈ ਆ, ਇਹ ਜਿਹੜੀ ਆਉਣ ਵਾਲੀ 2022 ਦੀ ਇਲੈਕਸ਼ਨ ਹੈ ਉਹਦਾ ਮੁੱਢ ਬੰਨਿਆ ਹਲਕੇ ਦਾਖੇ ਦੇ ਵੋਟਰਾਂ ਨੇ, ਕਿਉਂਕਿ ਇੱਥੋਂ ਇਹ ਗੱਲ ਕਲੀਅਰ ਹੋ ਗਈ ਆ ਵੀ ਆਉਣ ਵਾਲੀ ਜਿਹੜੀ ਸਰਕਾਰ ਆ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ BJP ਦੀ ਸਰਕਾਰ ਬਣਨ ਤੋਂ ਕੋਈ ਰੋਕ ਨਹੀਂ ਸਕਦਾ। ਸੋ ਇਹ ਸਾਡਾ ਪੰਥਕ ਇਲਾਕਾ ਵਾ, ਇਹ ਇਲਾਕਾ ਪੰਥ ਦਾ ਗੜ ਰਿਹਾ ਵਾ, ਅਤੇ ਇਸ ਤੋਂ ਬਿਨਾਂ 40,000 NRIs ਨੇ ਸਾਡੇ, ਅਤੇ ਇਸ ਇਲੈਕਸ਼ਨ ਦੇ ਵਿੱਚ ਵੱਡੀ ਗੱਲ ਵੀ NRIs ਦੀ 100% ਸਪੋਰਟ ਰਹੀ ਆ ਸਾਨੂੰ, ਚਾਹੇ ਉਹ ਕੈਨੇਡਾ ਦੇ ਵਿੱਚ, ਅਮੈਰੀਕਾ ਦੇ ਵਿੱਚ, ਹੋਰ ਜਿੱਥੇ ਵੀ ਸੀ, ਚਾਹੇ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਆ, ਚਾਹੇ ਦੁਬਈ ਦੇ ਵਿੱਚ ਨੇ, ਸਾਊਦੀ ਆ, ਜਿੱਥੇ ਵੀ ਰਹਿ ਰਹੇ ਨੇ, 100% ਸਪੋਰਟ NRIs ਦੀ ਅਤੇ 100% ਸਪੋਰਟ ਯੂਥ ਦੀ ਸਾਨੂੰ ਇਸ ਇਲੈਕਸ਼ਨ ਦੇ ਵਿੱਚ ਰਹੀ ਆ। ਕਿਉਂਕਿ ਜਿਹੜੇ ਖੇਡ ਪਾਰਕ ਪਿੱਛੇ ਬਣੇ ਸੀ ਉਹਦੇ, ਉਹ ਵੀ ਇੱਕ ਪਲੇਟਫਾਰਮ ਸੀ ਬਹੁਤ ਵੱਡਾ ਜਿਹੜਾ ਕੰਮ ਦਾ, ਉਹਦੇ ਕਰਕੇ ਟੋਟਲੀ ਯੂਥ ਨੇ ਸਾਡਾ ਸਾਥ ਦਿੱਤਾ, SC ਭਾਈਚਾਰਾ, BC ਭਾਈਚਾਰਾ, ਹਰ ਵਰਗ ਨੇ ਬੜੀ ਸਪੋਰਟ ਦਿੱਤੀ ਆ। ਲੇਕਿਨ NRIs ਜਿਹੜੇ ਪਿੱਛੇ ਆਪ ਦੇ ਵੱਲ ਚਲੇ ਗਏ ਸੀ ਉਹ ਸਾਰਿਆਂ ਨੇ ਇਸ ਵਾਰ ਡਟ ਕੇ ਸਾਡਾ ਸਾਥ ਦਿੱਤਾ ਯੂਥ ਨੇ। ਇਸ ਮੌਕੇ ਰਾਣਾ KP ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ 6 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਹੈ, ਜਿਸ ਵਿੱਚ ਸਿਰਫ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਉੱਪਰ ਚਰਚਾ ਹੋਵੇਗੀ। ਇਆਲੀ ਸਾਹਿਬ ਨੇ ਕਿਹਾ ਸੀ ਕਿ ਅੱਜ ਉਹ ਸ਼ਪਤ ਲੈਣਾ ਚਾਹੁੰਦੇ ਆ, ਸੋ ਉਹਨਾਂ ਦੀ ਸ਼ਪਤ ਅੱਜ ਹੋਵੇਗੀ। ਬਾਬਾ ਨਾਨਕ ਜੀ ਨੂੰ ਸਮਰਪਿਤ ਇੱਕ ਦਿਨ ਦਾ ਸੈਸ਼ਨ ਅਸੀਂ ਬੁਲਾਵਾਂਗੇ, ਤੇ ਜਿਸ ਦਿਨ ਦੇਸ਼ ਚੋਂ ਵੱਡੇ ਉੱਚ ਕੋਟੀ ਦੇ ਜਿਹੜੀਆਂ ਹਸਤੀਆਂ ਉਹ ਸ਼ਰਧਾ ਅਰਪਣ ਕਰਨ ਵਾਸਤੇ ਆਉਣਗੇ, ਜਿਨ੍ਹਾਂ ਵਿੱਚ ਭਾਰਤ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਸਾਹਿਬ ਨੇ ਕਨਫਰਮ ਕਰ ਦਿੱਤਾ ਕਿ ਉਹ ਆ ਰਹੇ ਨੇ, ਕਿ ਬਾਕੀ ਕੌਣ ਕੌਣ ਆ ਰਿਹਾ ਇਹ ਹਾਲੇ ਕਨਫਰਮੇਸ਼ਨ ਬਾਕੀ ਹੈ। ਇਸ ਤੋਂ ਇਲਾਵਾ ਡਾਕਟਰ ਮਨਮੋਹਨ ਸਿੰਘ ਜੀ ਨੂੰ ਵੀ ਮੈਂ ਇਹ ਗੱਲ ਕਹਿ ਸੀ ਨਾ ਕਿ ਬਾਕੀ ਹਜੇ ਕਨਫਰਮੇਸ਼ਨ ਆਣੀ ਬਾਕੀ ਹੈ। ਸਰ ਕਾਰਜਕ੍ਰਮ ਹੋਵੇਗਾ ਉਹ ਸਿਰਫ ਸ਼ਰਧਾ ਸੁਮਨ ਹੋਣਗੇ ਜਾਂ ਹੋਰ? ਨਹੀਂ, ਕੇਵਲ ਬਾਬਾ ਨਾਨਕ ਜੀ ਦੀ ਫਿਲੋਸਫੀ 'ਤੇ ਗੱਲ ਹੋਏਗੀ, ਉਹਨਾਂ ਦੇ ਜੀਵਨ 'ਤੇ ਗੱਲ ਹੋਏਗੀ, ਉਹਨਾਂ ਦੇ ਆਦਰਸ਼ਾਂ 'ਤੇ ਗੱਲ ਹੋਏਗੀ, ਉਹਨਾਂ ਦੀ ਸਿੱਖਿਆ 'ਤੇ ਗੱਲ ਹੋਏਗੀ। ਜੀ, ਇਹ ਪਹਿਲਾ ਮੌਕਾ ਹੈ ਸਰ ਵਿਧਾਨ ਸਭਾ 'ਚ ਕਿਸ ਇਸ ਤਰੀਕੇ ਦਾ ਇੱਕ ਰੱਖਿਆ ਗਿਆ? ਮੇਰੇ ਮੁਤਾਬਕ ਪਹਿਲੀ ਵਾਰ।